ਸਾਡੀ ਫੈਮਿਲੀ ਰਿਲੇਸ਼ਨ ਹੈ ਨਾ ਨਾਲ ਘਰੇ ਇਹਨਾਂ ਦੇ ਇੱਟ ਮਾਰੀ ਆਂਟੀ, ਮੈਨੂੰ ਕਹਿੰਦੀ ਨਿੱਕੇ ਜਾ ਪੱਟੀ ਕਰਾ ਲਾ। ਮੈਂ ਕੋਈ ਗੱਲ ਨੀ ਆਂਟੀ, ਮੈਂ ਉਦਾਂ ਹੀ ਆ ਗਿਆ, 10 ਬੰਦੇ ਗਵਾਹ ਖੜੇ ਨੇ ਜੀ। ਠੀਕ ਹੈ ਜੀ, ਠੀਕ ਹੈ, ਠੀਕ ਹੈ ਕਰੋ ਸਰ, ਤੁਸੀਂ ਆਪਣੀ ਕਾਰਵਾਈ ਕਰੋ। ਪੂਰੀ ਗਲੀ ਗਵਾਹ ਖੜੀ, ਉਹ ਤਾਂ ਗਾਲਾਂ ਕੱਢਦਾ ਹੀ ਆਇਆ, ਦੋ ਦਾਹ ਲੈ ਕੇ ਮਾਫੀ ਮੰਗਦਾ। ਉਹ ਤੂੰ ਕਹਿ ਚੱਲ ਚੱਲ ਮਾਫੀ ਮੰਗਦਾ, ਤੂੰ ਕਹਿੰਦਾ ਕੱਲ ਨੂੰ ਮੇਰੇ ਮੰਗਦੀ ਆ ਕਿ ਮੇਰੀ ਗਰਦਨ ਲਾ ਦੇ, ਮੈਂ ਮਾਰਿਆ ਇਹਨਾਂ ਦੇ। ਫੜੋ ਫੜੋ ਉਹ ਕਰ ਲਾ ਮੈਂ ਤੁਹਾਡਾ ਮਾਮਲਾ ਹੈ ਨਾ। ਇਹਦੀ ਮੰਮੀ ਨੂੰ ਮੈਂ ਕਹੀ, ਮੈਂ ਮਾਤਾ ਦੀ ਰੋਟੀ ਬਣਾਉਣ ਸਾਨੂੰ ਲੇਡੀਜ਼ ਚਾਹੀਦੀ ਸੀ, ਵੀ ਉਹ ਚੱਲ 1500 ਤੋਂ ਆਪਾਂ ਦੇ ਦਿਆ ਕਰਾਂਗੇ। ਸਾਡੀ 3-4 ਦਿਨ ਪਹਿਲਾਂ ਗੱਲ ਹੋਈ ਇਹਦੀ ਮੰਮੀ ਨਾਲ, ਮੇਰੀ ਸਿਸਟਰ ਦੀ। ਇਹਨੇ ਮੈਂ ਫੋਨ ਕੀਤਾ, ਮੈਂ ਵੀ ਪਿੰਕੀ ਨੂੰ ਕਹਿੰਦੀ ਗੱਲ ਹੋ ਗਈ, ਕਹਿੰਦੀ ਤੂੰ ਪੁੱਛ ਲਈ ਕਰੀ। ਮੈਂ ਹੁਣ ਕਿਹਾ ਮੈਂ ਆਂਟੀ, ਚਾਹੇ ਮੇਰੇ ਬਰੋਬਰ ਦੀ ਆ, ਫਿਰ ਵੀ ਆਪਾਂ ਆਂਟੀ ਕਹੀਦਾ, ਕਿਉਂਕਿ ਐਡੇ ਐਡੇ ਜਵਾਕ ਆਪਣੇ ਵੀ ਆਈ, ਅਗਲੇ ਦੀ ਇੱਜ਼ਤ ਕਰੀਦੀ ਆ ਆਪਾਂ, ਉਹ ਵੀ ਆਪਣੀ ਇੱਜ਼ਤ ਵਿਚਾਰੀ ਕਰਦੀ ਆ। ਮੈਂ ਆਂਟੀ ਕਹਿ ਕੇ ਉਹਨੂੰ ਬੁਲਾਇਆ, ਮੇਰੀ ਮਾਂ ਭੈਣ ਦੀ ਗਾਲਾਂ ਕੱਢਣ ਲੱਗਿਆ, ਮੈਂ ਤੇ ਗਾਲ ਨਾ ਕੱਢ, ਚੰਗਾ ਚੰਗਾ ਨਹੀਂ ਲੱਗਦੀਆਂ ਚੀਜ਼ਾਂ। ਇਹ ਮਗਰ ਦੀ ਗਿਆ, ਇਹਨੇ ਇੱਟ ਮਾਰੀ, ਉੱਥੇ 4-5 ਬੰਦੇ ਖੜੇ ਸੀ, ਹੁਣ ਵੀ ਖੜੇ ਆ। ਉਹ ਕਹਿੰਦੇ ਨਿੱਕੇ ਸਾਡੇ ਬਾਰੇ ਮਾੜੀ ਮੋਟੀ ਲੱਗੀ, ਪੁੱਤ ਪੱਟੀ ਕਰਾ ਲਈ ਰਹਿਣ ਦੇ। ਇਹਦੀ ਮੰਮੀ ਕਹਿੰਦੀ ਚੱਲ ਸਰ, ਮਾਂ ਮੈਂ ਮਾਤਾ ਮੇਰੀ ਕਹਿੰਦੀ ਨਿੱਕੇ ਪੱਟੀ ਕਰਾ, ਮੈਂ ਚੱਲ ਮੈਂ ਜਾਣ। ਮੈਂ ਅੰਦਰੋਂ ਬਾਹਰ ਹੀ ਨਿਕਲਿਆ ਵਾਂ, ਉੱਥੋਂ ਆਇਆ ਦੋ ਦਾਲ ਕੇ, ਤੇਰੀ ਮਾਂ ਦੀ ਤੇਰੀ ਭੈਣ ਦੀ ਇੰਨੀਆਂ ਗੰਦੀਆਂ ਗਾਲਾਂ। ਮੈਂ ਹਾਰ ਕੇ ਫਟਾਫਟ ਅੰਦਰ ਗਿਆ, ਮੇਰੇ ਕੋਲ ਡੰਡਾ ਸੀਗਾ ਜੀ, ਆ ਡੰਡਾ ਪਿਆ ਇੱਥੇ। ਮੈਂ ਉਹ ਡੰਡਾ ਹੁਣ ਮੈਂ ਉਹਦਾ ਬਚਾਓ ਤਾਂ ਕਰਨਾ, ਇਹਨੇ ਦਾਹ ਇੱਥੋਂ ਨਾ ਭਗਾਂਦਾ ਮਾਰਿਆ, ਉਹ ਮੈਂ ਬਾਂਹ ਕਰ ਲਈ ਮੂਹਰੇ, ਆਹ ਲੱਗਿਆ। ਫਿਰ ਦੂਜਾ ਦਾਹ ਮਾਰਿਆ, ਮੇਰੀ ਘਰ ਵਾਲੀ ਏਦਾਂ ਸੀਗੀ, ਦੋ ਲੈ ਕੇ ਆਈ ਯਾਦ ਆਈ, ਹਾਂਜੀ ਏਦਾਂ ਇਹਨੇ ਦੂਜਾ ਦਾਹ ਮਾਰਿਆ, ਮੇਰੀ ਘਰ ਵਾਲੀ ਸੀ, ਮੈਂ ਘਰ ਵਾਲੀ ਧੱਕਾ ਮਾਰਿਆ, ਏਦਾਂ ਹੋ ਗਿਆ, ਉਹ ਲੱਗਿਆ ਇੱਧਰ ਆਹ ਨਾਲ ਹੀ ਆਪਣੇ ਬਕਪੁਰ 'ਚ ਜੀ। ਹੁਣ ਮੈਂ ਆਪਦੇ, ਮੇਰੇ ਕੋਲ ਡੰਡਾ ਸੀ, ਮੈਂ ਡੰਡਾ ਜਿਵੇਂ ਚੱਲਿਆ ਨਾ ਮੇਰੇ ਤੋਂ ਗੱਤਕਾ ਵਾਂਗੂ, ਮੈਂ ਉਹ ਚਲਾਇਆ ਫਿਰ ਭਾਜੀ ਪੂਰਾ ਦਾਹ ਇਹਦਾ, ਇੱਕ ਮੈਨੂੰ ਲੱਗਣ ਦਿੱਤਾ, ਹਾਂ ਆਹ ਲੱਗ ਗਿਆ ਬਸ, ਮੇਰੇ ਇੱਕ ਦਾ, ਦੂਜਾ ਨਹੀਂ ਮੈਂ ਲੱਗਣ ਦਿੱਤਾ ਇਹਦਾ। ਮੈਨੂੰ ਜਸਵਿੰਦਰ ਕਹਿੰਦਾ ਏਦਾਂ ਕਰੀ, ਮੈਂ ਹੈਗਾ ਚੰਡੀਗੜ੍ਹ ਤੋਂ ਆ ਰਿਹਾ, ਚਮੋਣਸੀ ਦਾ ਨੰਬਰ ਲੈ, ਮੇਰੇ ਸੱਟ ਇੰਨੀ ਲੱਗੀ ਆ ਕਿ ਮੈਂ ਇੱਕ ਫੋਨ ਲਾ ਕੇ ਦੂਜਾ ਫੋਨ ਕਰ ਸਕਦਾ, ਮੈਨੂੰ ਸੁਣਦਾ ਨਹੀਂ ਇੱਧਰੋਂ। ਦਾਹ ਮਾਰਿਆ ਜੀ, ਇੱਟ ਮਾਰੀ ਆ ਪਹਿਲਾਂ ਤਾਂ, ਪਹਿਲਾਂ ਇੱਟ ਮਾਰੀ ਫਿਰ ਦਾਹ ਮਾਰਿਆ ਨਹੀਂ, ਉਹ ਵੀ ਲੱਗਦਾ ਨੀਗਾ ਜੀ। ਆਹ ਹੁਣ ਕੀਤਾ ਵਾ ਜਸਪਾਲ ਨਾਲ ਭਗਵਾਨ, ਜਿਹੜਾ ਆਪਣੇ ਆਮ ਪਾਰਟੀ ਤੋਂ ਰਦੀਪ ਮੁੰਡੀਆਂ ਦਾ ਵਾ ਆਪਣੇ ਸਰਪੰਚ ਬਣੀਏ ਤੇ ਹੈਗਾ ਮੁੰਡਾ ਜਸਪਾਲ, ਉਹ ਆਇਆ ਹੋਣੀ, ਉਹਦੇ ਨਾਲ ਮੈਂ ਗੱਲ ਕਰਾਈ ਆ, ਤੇ ਉਹ ਵੀ ਵਿਚਾਰਾ ਜੇ ਮੌਕੇ ਤੇ ਭੱਜ ਕੇ ਆਇਆ ਫਟਾਫਟ, ਜਦੋਂ ਮੈਂ ਦੱਸਿਆ ਵੀ ਆਹ ਕੰਮ ਹੋ ਗਿਆ ਜੀ। ਪੁਲਿਸ ਆਇਆਂ ਨੂੰ ਫੋਨ ਕੀਤਾ, ਕੋਈ ਪੁਲਿਸ ਨਹੀਂ ਆਈ, ਕਿਉਂ ਨਹੀਂ ਆ ਰਹੇ? ਇਹਦੀ ਮੰਮੀ ਨੇ ਫੋਨ ਇਹਨਾਂ, ਮੈਂ ਇਹਦੇ ਵੱਲੀ ਹਾਂ, ਠੀਕ ਹੈ। ਇਹਦੀ ਮੰਮੀ ਨੇ ਮੈਨੂੰ ਫੋਨ ਕੀਤਾ, ਕਹਿੰਦੀ ਮੇਰੇ ਬੇਟੇ ਨੇ ਏਦਾਂ ਕਰਕੇ ਉਹਦੇ ਨਿੱਕੇ ਦੇ ਇੱਟ ਮਾਰੀ। ਮੈਂ ਕਿਹਾ ਦੀਦੀ ਮੈਨੂੰ ਨਹੀਂ ਪਤਾ ਸੀ, ਮੈਨੂੰ ਤਾਂ ਕਾਲ ਆਈ ਆ, ਮੈਨੂੰ ਕਹਿੰਦਾ ਏਦਾਂ ਹੋਇਆ ਗਾ, ਮੈਨੂੰ ਨਹੀਂ, ਮੈਂ ਤੇ ਯਕੀਨ ਨਹੀਂ ਕੀਤਾ, ਖੁਦ ਆਪਣੇ ਭਰਾ ਤੇ ਯਕੀਨ ਨਹੀਂ ਕੀਤਾ, ਮੈਂ ਇਹਦੀ ਮਾਂ ਤੇ ਯਕੀਨ ਕੀਤਾ ਵਾ। ਇਹਦੀ ਮਾਂ ਘਰ ਆ, ਇਹ ਪਹਿਲਾਂ ਆਪਣੀ ਮਾਂ ਨੂੰ ਕੁੱਟ ਕੇ ਆਇਆ ਵਾ, ਫਿਰ ਆ ਕੇ ਇਹਨਾਂ ਤੇ ਹਮਲਾ ਕੀਤਾ ਇਹਨੇ। ਚਿੱਟਾ ਲਾਉਂਦਾ ਵਾ, ਇਹ ਚਿੱਟਾ ਕਿਉਂ ਨਹੀਂ ਬੰਦ ਹੋ ਰਿਹਾ ਵਾ? ਦੁਨੀਆਂ ਨੂੰ ਕਿਉਂ ਬੇਵਕਤਾ ਪਾਈ ਹੋਈ ਆ? ਨਸ਼ਿਆਂ ਨਹੀਂ ਦੁਨੀਆਂ ਨੂੰ ਖਰਾਬ ਕੀਤਾ ਹੋਇਆ ਵਾ, ਠੀਕ ਆ। ਕਿਉਂ ਨਹੀਂ ਠੇਕੇ ਬੰਦ ਹੁੰਦੇ? ਕਿਉਂ ਨਹੀਂ ਨਸ਼ਾ ਬੰਦ ਹੁੰਦਾ? ਭਗਵੰਤ ਮਾਨ ਕੀ ਕਰਦਾ ਵਾ? ਮੁੰਡੀਆਂ ਖੁਰਦ ਲਖਮਨ ਨਗਰ, ਕਿਉਂ ਇੱਥੇ ਜੇ ਇੰਨਾ ਕੁਛ
ਅੱਧਾ ਘੰਟਾ ਹੋ ਗਿਆ ਇਹਨਾਂ ਨੂੰ ਫੋਨ ਕੀਤਾ, ਇਹਨੂੰ ਅੱਧੇ ਘੰਟੇ ਤੋਂ ਮੈਂ ਭਾਮੀਆਂ ਤੋਂ ਇੱਥੇ ਆਈ ਹਾਂ, ਮੈਨੂੰ ਵੀ ਕਿੰਨਾ ਟਾਈਮ ਲੱਗ ਗਿਆ ਹੁਣ ਆਉਂਦੀ ਨੂੰ। ਵੀਰੇ ਮੈਂ ਨਾਲ ਘਰ ਆ ਮੇਰਾ, ਠੀਕ ਹੈ, ਮੈਂ ਕੋਈ ਇਹਨਾਂ ਨਾਲ ਗੱਲ, ਮੇਰਾ ਨਾਮ ਅੰਕੁਸ਼ ਹੈ, ਪਿੱਛੇ ਹੀ ਰਹਿਣਾ ਵਾ, ਮੈਂ ਕੋਈ ਇਹਨਾਂ ਨਾਲ ਗੱਲ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤੀ, ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਇਹਨਾਂ ਨੇ ਆਪਸ ਦੇ ਵਿੱਚ। ਘਰ ਦੇ ਮੇਰੇ ਹੁਣ ਉਹਨਾਂ ਨੂੰ ਦੱਸਿਆ ਹੀ ਨਹੀਂ ਕਿਸੇ ਨੇ, ਤੁਸੀਂ ਫੋਨ ਕਰੋ। ਇਹਨਾਂ ਨੇ ਵੀਰੇ ਮੇਰੇ ਡੰਡੇ ਮਾਰੇ, ਉਹਨਾਂ ਨੂੰ ਪੁੱਛੋ ਇਹਨਾਂ ਨੂੰ ਮੈਂ ਕੀ ਮਾਰਿਆ, ਇੱਥੇ ਮੇਰੇ ਆ ਦੇਖੋ, ਇੱਥੇ ਮੇਰੇ ਸੱਟਾਂ ਮਾਰੀਆਂ, ਫਿਰ ਉਸ ਤੋਂ ਬਾਅਦ ਆ ਜਗ੍ਹਾ ਤੇ ਸੱਟਾਂ, ਆ ਜਗ੍ਹਾ ਇਹਨਾਂ ਦੇ ਘਰੇ ਤਾਂ ਮੈਂ ਗਿਆ ਹੀ ਨੀ ਭਾਜੀ, ਇਹ ਮੇਰੇ ਘਰੇ ਆਏ ਆ, ਇਹ ਮੇਰੇ ਘਰੇ ਆਏ ਆ, ਆਪਣੇ ਉਧਰੋਂ ਦੀ ਮਾਮਲਾ ਤੇ ਵੇਖੋ ਜੀ, ਅਜੇ ਤੇ ਇਹਨਾਂ ਦਾ ਆਏ ਤਫਤੀਸ਼ ਜਾਰੀ ਹੈ, ਬੁਲਾਇਆ ਅਜੇ ਆਪਣੇ ਇਹਦੇ ਐਂਬੂਲੈਂਸ ਬੁਲਾਈ ਆ, ਗੱਡੀ ਵੀ ਆਪਣੀ ਆ ਰਹੀ ਹੈ, ਫਿਰ ਆਪਾਂ ਦੇਖਦੇ ਹਾਂ ਜੋ ਬਣਦੀ ਕਾਰਵਾਈ ਕਰਦੇ ਹਾਂ। ਮੈਟਰ ਤੇ ਇਹਨਾਂ ਦਾ ਉਹ ਸ਼ਰਾਬ ਪੀਤੀ ਨਸ਼ੇ 'ਚ ਧੋਤਾ, ਠੀਕ ਹੈ ਜੀ, ਉਹਦੀ ਮਦਰ ਵੀ ਆਈ ਹੈ, ਉਹ ਕਹਿੰਦੇ ਮੈਂ ਵੇਂਦੇ ਤੇ ਬਣਦੀ ਜਿਹੜੀ ਕਾਰਵਾਈ ਕਰੋ। ਦਾਹ ਲੈ ਲਏ ਜੀ, ਕਿਹਦੇ ਤੇ, ਕੋਈ ਗੱਲ ਨੀ, ਵੈਰੀਫਾਈ ਕਰਦੇ ਹਾਂ ਜੇ ਹੋਇਆ ਤਾਂ, ਕੋਈ ਗੱਲ ਨੀ, ਜੋ ਬਣਦੀ ਕਾਰਵਾਈ ਕਰਾਂਗੇ ਉਹਨੂੰ।